चार डाकू पुलिस दी वर्दियां पा के मंडी च दाखिल होए। ताले तोड़ के अंदर जितनी कैश थी दुकानों के अंदर वो चोर ले गए। जानना चाहिए तो हमें ये पता चला कि 12-14 दुकानों को निशाने पर रखा गया। ਸ਼ਲਵਾਰਾਂ ਦੇ ਵਿੱਚੋਂ ਨਾਲੇ ਕੱਢ ਕੇ ਤੇ ਉਹਨਾਂ ਦੇ ਨਾਲ ਉਹਨਾਂ ਦੇ ਹੱਥ ਬੰਨ ਦਿੱਤੇ। ਨਾਲੇ ਨਿਕਾਲ ਕੇ ਮੇਰੇ ਉਹ ਗਨ ਮੈਨ ਕੇ ਦਾਨੂ ਕੇ ਹੱਥ ਬੰਨ ਕਰ ਚਰਪਾਈ ਪਾ ਉਹਨਾਂ ਨੇ ਲੰਮਾ ਪਾ ਦਿੱਤਾ। ਆ ਮੌਜੂਦਾ ਵਕਤ ਦੇ ਵਿੱਚ ਪੁਲਿਸ ਵਾਸਤੇ ਇੰਤਹਾਈ ਮੁਸ਼ਕਲ ਜਿਹੜਾ ਚੈਲੰਜ ਦਾ ਸਾਹਮਣਾ। ਸਵੇਰ 7:30 ਵਜੇ ਦੂਸਰੇ ਸਾਥੀ ਦਾ ਇੰਤਜ਼ਾਰ ਕਰਦੇ ਆਇਆ ਸਰਵਿਸ ਮੋੜ ਤੇ ਉਹਨਾਂ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਜਿਹੜਾ ਉਤਾਰ ਦਿੱਤਾ ਗਿਆ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਮੈਂ ਬਾਬਰ ਬੇਗੁਰ, ਤੁਸੀਂ ਵੇਖ ਰਹੇ ਹੋ ਆਪਣਾ ਯੂਟਿਊਬ ਚੈਨਲ ABAG TV। ਨਾਜ਼ਰੀਨ, ਗੱਲ ਕਰਾਂਗੇ ਪੰਜਾਬ ਪੁਲਿਸ ਦੇ ਹਵਾਲੇ ਨਾਲ। ਗੁਜ਼ਰੀ ਹੋਈ ਰਾਤ ਜਿਹੜੀ ਗੁਜ਼ਸ਼ਤਾ ਰਾਤ ਹੈ ਉਹਦੇ ਵਿੱਚ ਸਰਾਏ ਆਲਮਗੀਰ ਦੇ ਵਿੱਚ ਇੱਕ ਡਕੈਤੀ ਦਾ ਵਾਕਿਆ ਬੜਾ ਅਨੋਖਾ ਜਿਹਾ ਪੇਸ਼ ਆਇਆ ਕਿ ਚਾਰ ਡਾਕੂ ਪੁਲਿਸ ਦੀਆਂ ਵਰਦੀਆਂ ਪਾ ਕੇ ਮੰਡੀ 'ਚ ਦਾਖਲ ਹੋਏ ਔਰ ਚੌਕੀਦਾਰ ਨੂੰ ਔਰ ਗਾਰਡ ਨੂੰ ਉਹਨਾਂ ਨੇ ਬੰਨ ਦਿੱਤਾ। ਬੰਨਣ ਤੋਂ ਬਾਅਦ 28 ਲੱਖ ਰੁਪਇਆ ਕੈਸ਼ ਦੀ ਸੂਰਤ 'ਚ ਔਰ ਕਈ ਕੀਮਤੀ ਚੀਜ਼ਾਂ ਜਿਹੜੀਆਂ ਨੇ ਉਹ ਲੈ ਉੱਡੇ। ਲੇਕਿਨ ਉਹਦੇ 'ਚ ਮੁਖਤਲਿਫ ਚੈਨਲਾਂ ਨੇ ਜਿਹੜਾ ਬ੍ਰੇਕ ਕੀਤਾ ਉਹਦੇ 'ਚ 3 ਕਰੋੜ ਦਾ ਨੁਕਸਾਨ ਵੀ ਬ੍ਰੇਕ ਕੀਤਾ, 2 ਕਰੋੜ ਦਾ ਵੀ ਕੀਤਾ। ਅਲਬਤਾ ਫਾਈਨਲ ਜਿਹੜਾ ਡਿਸੀਜਨ ਹੈ ਉਹ ਆ ਜਾਏਗਾ। ਲੇਕਿਨ ਇਹ ਵੀ ਕਿ ਨੁਕਸਾਨ ਆਖਰ ਨੁਕਸਾਨ ਹੈ। ਪਹਿਲੇ ਤਾਂ ਇਹ ਸੁਣਿਆ ਸੀ ਕਿ ਡਕੈਤੀ ਜਿਹੜੀ ਉਹ ਮੋਟਰਸਾਈਕਲ 'ਤੇ ਰੋਕ ਕੇ ਕਰਦੇ ਨੇ, ਕਾਰ 'ਤੇ ਰੋਕ ਕੇ ਕਰਦੇ ਨੇ, ਰਾਜ਼ਧਾਨੀ ਹੁੰਦੀ ਹੈ। ਲੇਕਿਨ ਇਹ ਇੱਕ ਨਵੀਂ ਵਾਰਦਾਤ ਜਿਹੜੀ ਹੈ ਉਹ ਸਾਹਮਣੇ ਆ ਰਹੀ ਹੈ ਅਤੇ ਗੁਜਰਾਤ ਪੁਲਿਸ ਵਾਸਤੇ ਮੁਸ਼ਕਲਾਂ ਜਿਹੜੀਆਂ ਨੇ ਉਹ ਵੱਧਦੀਆਂ ਜਾ ਰਹੀਆਂ ਨੇ। ਉਹਦੀ ਇੱਕ ਬੜੀ ਵੱਡੀ ਵਜ੍ਹਾ ਕਿ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਕਿ ਗੁਜਰਾਤ ਦੇ ਵਿੱਚ ਅੱਜ ਤੋਂ ਕਬਲ ਕੋਈ 10-12 ਦਿਨ ਪਹਿਲੇ ਡਾਕਟਰ ਜ਼ਿਸ਼ਾਨ ਅਨਵਰ ਜਿਹੜਾ ਉਹਨੂੰ ਕਤਲ ਕਰ ਦਿੱਤਾ ਗਿਆ। ਡਾਕਟਰ ਜ਼ਿਸ਼ਾਨ ਅਨਵਰ ਆਪਣੀ ਡਿਊਟੀ 'ਤੇ CMH ਕਾਰੀਆਂ ਜਿਹੜਾ ਉਹ ਸੁਬਹਾ ਜਾ ਰਹੇ ਸਨ। ਸੁਬਹਾ 7:30 ਵਜੇ ਦੂਸਰੇ ਸਾਥੀ ਦਾ ਇੰਤਜ਼ਾਰ ਕਰਦੇ ਹੋਇਆਂ ਸਰਵਿਸ ਮੋੜ 'ਤੇ ਉਹਨਾਂ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਜਿਹੜਾ ਉਤਾਰ ਦਿੱਤਾ ਗਿਆ ਔਰ ਡਾਕਟਰ ਜ਼ਿਸ਼ਾਨ ਅਨਵਰ ਨੂੰ ਅੱਜ ਕਤਲ ਹੋਇਆ। ਕਈ ਦਿਨ ਗੁਜ਼ਰ ਗਏ ਨੇ ਲੇਕਿਨ ਡਾਕਟਰਾਂ ਦਾ ਵੀ ਭਰਪੂਰ ਇਤਜਾਜ ਜਿਹੜਾ ਜਾਰੀ ਹੈ। ਗੁਜਰਾਤ DCO ਆਫਿਸ ਡਾਕਟਰਾਂ ਦਾ ਅੱਜ ਦੂਸਰਾ ਦਿਨ ਹੈ ਕਿ ਡਾਕਟਰਾਂ ਦਾ ਇਤਜਾਜ ਜਿਹੜਾ ਮੁਸਲਸਲ ਜਾਰੀ ਹੈ। ਇੱਧਰੋਂ ਸਰਾਏ ਆਲਮਗੀਰ ਦੀ ਜਿਹੜੀ ਖਬਰ ਹੈ ਇਹ ਤੁਹਾਡੇ ਸਾਹਮਣੇ ਮੈਂ ਸੋਇਆ ਵੇ ਕਿ ਪੁਲਿਸ ਲਈ ਇੰਤਹਾਈ ਜਿਸ ਤਰ੍ਹਾਂ ਕਿ ਕੱਲ੍ਹ DPO ਸਾਹਿਬ ਜਿਹੜੇ ਨੇ ਉਹਨਾਂ ਨੇ ਕਾਫੀ ਡਾਕਟਰਾਂ ਨੂੰ ਬਲੀਵ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਮਜ਼ਾਕ ਰਾਜ ਜਿਹੜੇ ਨੇ ਉਹ ਨਾਕਾਮ ਰਹੇ ਔਰ DCO ਗੁਜਰਾਤ ਨਾਲ ਵੀ ਡਾਕਟਰਾਂ ਦੇ ਮਜ਼ਾਕ ਰਾਜ ਜਿਹੜੇ ਨੇ ਉਹ ਨਾ ਹੋ ਸਕੇ ਬਲਕਿ ਨਾਕਾਮ ਹੋ ਗਏ। ਸੋ ਆਉਣ ਵਾਲਾ ਵਕਤ ਕੀ ਲੈ ਕੇ ਆਏਗਾ ਉਹਦੇ ਬਾਰੇ 'ਚ ਕੁਛ ਨਹੀਂ ਕਿਹਾ ਜਾ ਸਕਦਾ। ਲੇਕਿਨ ਮੌਜੂਦਾ ਵਕਤ ਦੇ ਵਿੱਚ ਪੁਲਿਸ ਵਾਸਤੇ ਇੰਤਹਾਈ ਮੁਸ਼ਕਲ ਜਿਹੜਾ ਚੈਲੰਜ ਦਾ ਸਾਹਮਣਾ ਪੁਲਿਸ ਨੂੰ ਔਰ ਪੁਲਿਸ ਵੀ ਅਣਥੱਕ ਕੋਸ਼ਿਸ਼ ਕਰ ਰਹੀ ਹੈ। ਯਕੀਨਨ ਉਹ ਚਾਹ ਰਹੇ ਹੋਣਗੇ ਕਿ ਅਸੀਂ ਬਹੁਤ ਜਲਦ ਕਾਤਲਾਂ ਤੱਕ ਵੀ ਪਹੁੰਚ ਜਾਈਏ ਔਰ ਜਿਹੜਾ ਰਾਤੀ ਵਾਰਦਾਤ ਸਰਾਏ ਆਲਮਗੀਰ 'ਚ ਹੋਈ ਹੈ, ਸਰਾਏ ਆਲਮਗੀਰ 'ਚ ਜਿਹੜੀ ਵਾਰਦਾਤ ਹੋਈ ਹੈ ਜੀ, ਉਹ ਵਾਰਦਾਤ ਇਸ ਤਰ੍ਹਾਂ ਹੋਈ ਹੈ ਕਿ ਇੱਕ ਸ਼ਖਸ ਜਿਹੜਾ ਉਹ ਪਹਿਲੇ ਮੰਡੀ 'ਚ ਦਾਖਲ ਹੋਇਆ, ਮੰਡੀ 'ਚ ਦਾਖਲ ਹੋ ਕੇ ਅਤੇ ਚੌਕੀਦਾਰ ਨੂੰ ਜਿਹੜਾ ਉਹਨੇ ਫੜਿਆ, ਚੌਕੀਦਾਰ ਨੂੰ ਉਠਾਇਆ ਔਰ ਪੁਲਿਸ ਦੀ ਵਰਦੀ ਪਾਈ ਹੋਈ ਸੀ ਔਰ ਕਿਹਾ ਕਿ ਮੈਨੂੰ ਸ਼ਨਾਤੀ ਕਾਰਡ ਦਿਖਾ। ਜਦੋਂ ਸ਼ਨਾਤੀ ਕਾਰਡ ਦਿਖਾਉਣ ਵਾਸਤੇ ਉੱਠਿਆ ਉਸ ਤੋਂ ਬਾਅਦ ਉਹਨੂੰ ਉਹਨਾਂ ਨੇ ਥੱਪੜ ਵੀ ਮਾਰਿਆ। ਥੱਪੜ ਮਾਰ ਕੇ ਉਹਨੂੰ ਅੰਦਰ ਲੈ ਗਏ ਨੇ, ਅੰਦਰ ਲਿਜਾ ਕੇ ਸ਼ਲਵਾਰਾਂ ਦੇ ਵਿੱਚੋਂ ਨਾਲੇ ਕੱਢ ਕੇ ਅਤੇ ਉਹਨਾਂ ਦੇ ਨਾਲ ਉਹਨਾਂ ਦੇ ਹੱਥ ਬੰਨ ਦਿੱਤੇ। ਜਦੋਂ ਉਹਨੂੰ ਉੱਤੇ ਬੰਨਿਆ ਉਸ ਤੋਂ ਬਾਅਦ ਪਤਾ ਲੱਗਾ ਕਿ ਗਾਰਡ ਪਹਿਲੇ ਹੀ ਉਹਨਾਂ ਦੇ ਨਰਗੇ 'ਚ ਔਰ ਉਹਨਾਂ ਨੇ ਆਵਾਜ਼ ਦਿੱਤੀ ਕਿ ਗਾਰਡ ਨੂੰ ਵੀ ਉੱਪਰ ਲੈ ਆਓ। ਜਿਹੜਾ ਚੌਕੀਦਾਰ ਮੌਕੇ 'ਤੇ ਮੌਜੂਦ ਸੀ ਜਿਹਦੇ ਨਾਲ ਇਹ ਸਾਰਾ ਵਾਕਿਆ ਪੇਸ਼ ਆਇਆ, ਆਹ ਸੁਣਿਆ ਉਹਦੀ ਜ਼ਬਾਨੀ ਕਿ ਇਹ ਵਾਕਿਆ ਸਰਾਏ ਆਲਮਗੀਰ ਵਾਲਾ ਕਿਸ ਤਰ੍ਹਾਂ ਪੇਸ਼ ਆਇਆ। ਬਾਕੋਰ ਚੌਕੀਦਾਰ ਕੇ ਤਕਰੀਬਨ ਕੋਈ 1-1.5 ਵਜੇ ਕੇ ਦਰਮਿਆਨ ਕੋਈ 4 ਡਾਕੂ ਮਸਾਲਾ ਅੰਦਰ ਆਏ ਤੋ ਮੈਂ ਆਪਣੇ ਕਮਰੇ ਮੇ ਸੋਇਆ ਹੁਆ ਥਾ। ਇੱਕ ਪੁਲਿਸ ਕੀ ਵਰਦੀ ਮੈਂ ਆਦਮੀ ਗਿਆ ਮੇਰੇ ਕਮਰੇ ਮੈਂ ਮੁਝੇ ਉਸਨੇ ਉਠਾਇਆ ਤੋ ਮੈਨੇ ਪੁੱਛਾ ਕਿ ਸਰ ਇਹ ਕਿਆ ਮਾਮਲਾ ਹੈ, ਕਿਆ ਬਾਤ ਹੈ, ਮੁਝੇ ਬਤਾ। ਉਸਨੇ ਮੁਝੇ ਕਹਾ ਕਿ CNC ਦੋ ਤੋ ਮੈਂ ਜਬ CNC ਦੇਣ ਕੇ ਲੀਏ ਉਠਾ ਤੋ ਉਸਨੇ ਮੁਝੇ ਇੱਕ ਥੱਪੜ ਲੈ ਰਸੀਦ ਕੀਆ। ਰਸੀਦ ਕਰਨ ਕੇ ਬਾਅਦ ਮੁਝੇ ਫਿਰ ਉਹਨੇ ਕਿਹਾ ਚਰਪਾਈ ਪਰ ਲੰਮੇ ਲੇਟ ਜਾ। ਮੈਂ ਜਬ ਚਰਪਾਈ ਪਰ ਲੰਮਾ ਲੇਟ ਗਿਆ ਤਾਂ ਫਿਰ ਮੇਰੀ ਉਹਨਾਂ ਨੇ ਤਲਾਸ਼ੀ ਲਈ ਆ ਕਮਰੇ ਕੀ। ਮੇਰੀ ਜੇਬ ਮੈਂ ਤਕਰੀਬਨ 4-5 ਹਜ਼ਾਰ ਰੁਪਇਆ ਸੀ, ਉਹ ਉਹਨੇ ਲੈ ਲਿਆ। ਉਸਕੇ ਬਾਅਦ ਮੁਝੇ ਕਹਤੇ ਹੈ ਆਪ ਚਰਪਾਈ ਸੇ ਹਿਲਾ ਨਹੀਂ। ਫਿਰ ਨੀਚੇ ਸੇ ਉਹਨੇ ਦੂਸਰੇ ਆਦਮੀ ਕੋ ਆਵਾਜ਼ ਦੀਆ ਕਿ ਸਾਹਿਬ ਇਸਕੋ ਵੀ ਉੱਤੇ ਲੈ ਆਓ। ਉਹ ਫਿਰ ਗਨਮੈਨ ਕੋ ਵੀ ਸਾਥ ਲੈ ਗਏ ਉੱਤੇ, ਗਨਮੈਨ ਕੋ ਉਹਨੇ ਕੱਪੜੇ ਸੇ ਬਾਂਧਾ ਹੁਆ ਥਾ। ਫਿਰ ਜਬ ਉਹ ਗਿਆ ਪਰ ਤੋ ਉਸਨੇ ਕਹਾ ਕਿ ਇਹ ਮੇਰੀ ਸ਼ਲਵਾਰ ਕਿਲੀ ਕੇ ਸਾਥ ਟੰਗੀ ਹੋਈ ਥੀ।
तो उधर से उतार कर नाड़े निकाल कर मेरे और गनमैन के दानों के हाथ बांध कर चारपाई पर उन्होंने लम्बा पा दिया और नीचे वारदात करते रहे। दो आदमी हमारे पास ही रहे जो जिनके हाथ में रिवॉल्वर जी पुलिस वर्दी में, एक आदमी पुलिस की वर्दी में था, एक ने जीन की पैंट पहनी हुई थी। ਤੁਸੀਂ ਸੁਣਿਆ ਕਿ ਚੌਕੀਦਾਰ ਦਾ ਕਹਿਣਾ ਇਹ ਸੀ ਕਿ ਚਾਰ ਲੋਕ ਜਿਹੜੇ ਨੇ ਪੁਲਿਸ ਦੀਆਂ ਵਰਦੀਆਂ ਪਾ ਕੇ ਉਹਨਾਂ ਨੇ ਇਹ ਡਕੈਤੀ ਕੀਤੀ ਔਰ ਜਿਹੜੇ ਸ਼ਹਿਰੀ ਨੇ ਸਰਾਏ ਆਲਮਗੀਰ ਦੇ ਉਹਨਾਂ ਦਾ ਕਹਿਣਾ ਹੈ ਕਿ ਇਹਦੇ ਵਾਸਤੇ ਹਾਈ ਕਮਾਨ ਜਿਹੜੀ ਇਹ ਇਹਦੇ 'ਤੇ ਐਕਸ਼ਨ ਲਵੇ। ਲੇਕਿਨ ਅਦਾਰੇ ਯਕੀਨਨ ਆਪਣਾ ਕੰਮ ਕਰ ਰਹੇ ਹੋਣਗੇ, ਲੇਕਿਨ ਇਹਦੇ ਵਾਸਤੇ ਮਜ਼ੀਦ ਕੜੀ ਸਖਤ ਮਿਹਨਤ ਦੀ ਜ਼ਰੂਰਤ ਹੋਏਗੀ। ਬਹੁਤ ਸਾਰੇ ਚੈਲੇਂਜਸ ਦਾ ਸਾਹਮਣਾ ਇਸ ਟਾਈਮ ਮੌਜੂਦਾ ਪਾਕਿਸਤਾਨ ਦੇ ਹਾਲਾਤ जो जो वक्त सारा चल रहा है उदे विच इंतहाई मुश्किलात चों पाकिस्तान गुजर रहा है। उदे नाल नाल जिहड़ा डिवीजन गुजरात है उदे पुलिस महकमा पुलिस और जिहड़ी मकामी इंतजामिया है उदे लई भी इस टाइम किसी मुश्किलात तो घट वक्त नहीं। सो ये कि सराए आलमगीर के जिहड़े शहरी ने जी इकबाल मंडी में 1200 ज्यादा दुकानों की डकैती हुई है। रात के तालों को तोड़ा गया और ताले तोड़ के अंदर जितनी कैश थी दुकानों के अंदर वो चोर ले गए हैं। उन्होंने देखा कि कौन सी दुकान है, गोदाम है, क्या है। उन्होंने ताले 1200 ज्यादा दुकानों के ताले तोड़ दिए और सिक्योरिटी गार्ड इधर अंदर मौजूद था, गन पॉइंट पे सिक्योरिटी गार्ड को लूटा है और रस्सी के साथ उसे नाड़े के साथ उसे बांधा है। बांध के फिर उन्होंने ना 1200 ज्यादा दुकानों की ना ताले तोड़े हैं। जब हमने आकर तफसीलात जानना चाहिए तो हमें यह पता चला कि 1214 दुकानों को निशाने पर रखा गया जिसमें नकदी रकम को लूटा गया और चोर जो है वो नकदी रकम लूटकर फरार होने में कामयाब हो चुके हैं। तो हमारी पुलिस से यही अपील है कि जल्द अज जल्द उन चोरों को पकड़ा जाए और उनको कटहरे में लाया जाए ताकि आगे से ये वारदातों को रोका जाए। जी नाज़रीन, तुसी सुनिया कि शहरी जिहड़े ने वो दस रहे ने कि 12 तो ज़ायद दुकानां जिहड़ियां ने उन्हां नूं लुट लिया गया और एक लंबा चौड़ा नुकसान होया। नुकसान का जिहड़ा फाइनल तखमीना यकीनन एक दो दिन बाद वो सामने आ जाएगा। दूसरी तरफ डॉक्टर जिहड़े ने हुण तक भी वो DCO ऑफिस जिहड़ा वो बरजमान ने और मतलब उत्थे उन्होंने जिहड़ा अपना कैंप लगाया होया, कैंप दे विच बिस्तरियां दा इहतमाम कीता गया, फिर उहदे विच जिहड़ा खाना जिहड़ा वो जिन्हें डॉक्टर उत्थे धरना दे रहे ने उन्हां नूं खाना प्रोवाइड किया जाता और चाह का इहतमाम किया गया, चाह जिहड़ी जिहड़े डॉक्टर ने और डॉक्टर रात नूं DCO ऑफिस दे बिल्कुल जिहड़ा DC ऑफिस का कंपलैक्स है उहदे बिल्कुल बाहर उन्होंने अपना कैंप लगाया है। तुहानू स्क्रीन ते नज़र आ रहा है और तुहानू नज़र आ रहा है कि डॉक्टर जिहड़े ने उत्थे ही रात नूं वक्त गुजार रहे ने और हले तक कोई भी किसी तरफों कोई ऐसी पेशरफ्त नहीं हो सकी कि जिहदे नाल पता चल रहा होवे कि यह मामला इख्तिताम हो रहा है। लेकिन अल्लाह रब्बुल इज़्ज़त पाकिस्तान वास्ते आसानियां और पाकिस्तान के जिहड़े लोग ने शहरी ने उन्हां वास्ते आसानियां पैदा फरमाए। असीं उम्मीद करते हैं कि गुजरात पुलिस बहुत जल्द कातलों तक पहुँच जाएगी। जिस तरह कल DPO साहब का कहना सी कि असी बिल्कुल करीब तरीन पहुँच चुके हैं, लेकिन अज के दिन तक हले तक कोई ऐसी पेशरफ्त नहीं होगी जी अपडेट की जाए। सो ये वे कि आने वाले वक्त जी अपडेट होएगी उसके वास्ते जुड़े रहो, वेखते रहो APHD TV। इंशाल्लाह फिर तुहाडी खिदमत चलता रहूँगा किसी नवी वीडियो नाल। उदों तक इजाजत दिओ। पाकिस्तान जिंदाबाद।